ਇਤਰਾਜ਼ ਕਰਨਾ ਮਜੀਦੇ ਖਾਂ ਇੱਕਦਮ ਤੀਰ ਤੇ ਨਜ਼ਰ ਪਈ ਤੇ ਚਿੱਠੀ ਖੋਲੀ ਚਿੱਠੀ ਬਤੀ ਸੀ ਜੋ ਤੀਰ ਨਾਲ ਤੇਰੀ ਇਹੀ ਲਿਖਿਆ ਸੀ ਤੀਜਾ ਨਿਸ਼ਾਨਾ ਕੀਤਾ ਰਾਜੇ ਭੀਮ ਚੰਦ ਦੇ ਉੱਤੇ ਦਾ ਚੌਥਾ ਨਿਸ਼ਾਨਾ ਲਾਹੌਰ ਦੇ ਸੂਬੇ ਦਾ ਕੀਤਾ ਤੇ ਨਾਲ ਹੀ ਸਾਧ ਸੰਗਤ ਦੀ ਧਰਤੀ ਤੇ ਸੌਂ ਗਿਆ ਇਹਨਾਂ ਸੂਬਿਆਂ ਨੇ ਯਕੀਨ ਆ ਗਿਆ ਸੱਚਮੁੱਚ ਗੁਰੂ ਨੇ ਕਰਾਮਾਤ ਨਹੀਂ ਦਿੱਤੀ ਕਰਤਬ ਵਿਦਿਆ ਵਰਤੀ ਹੈ ਇਧਰ ਗੁਰੂ ਜੀ ਕਹਿੰਦੇ ਭਾਈ ਸੰਗਤ ਸਿੰਘ ਦਾ ਸਰੂਪ ਕਲਗੀ ਭਰ ਦੇ ਖਾਲਸਾ ਦੀ ਮਨ ਕਰਨਾ ਸਰੂਪ ਨੂੰ ਮਿਲਦਾ ਜੁਲਦਾ ਸੀ ਇਧਰ ਕਲਗੀ ਵਾਲੇ ਪਾਤਸ਼ਾਹ ਜੰਗੀ ਛੇਤਰ ਪਾਤਰ ਲਾ ਕੇ ਨਾ ਕਹਿੰਦੇ ਯੰਗ ਚ ਜਾਣ ਦੀ ਤਿਆਰੀ ਕਰ ਰਹੇ ਨੇ ਕਦੀ ਬਾਪੂ ਦਾ ਜੀਵਨ ਪੜੀਏ ਜਦੋਂ ਜੰਗੀ ਸ਼ਸਤਰ ਬਸਤਰ ਲਾ ਕੇ ਨਾ ਆਪਣੇ ਜੰਗ ਦੀ ਤਿਆਰੀ ਕਰ ਰਹੇ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਕੀ ਹੋ ਰਿਹਾ ਆਖਿਆ ਦਇਆ ਸਿੰਘ ਜਦੋਂ ਦੀ ਅਕਾਲ ਪੁਰਖ ਤੋਂ ਹੁਕਮ ਲੈ ਕੇ ਮਾਤਮਕ ਵਿੱਚ ਆਏ ਸਾਂ ਅਸੀਂ ਇਹ ਵਰ ਲੈ ਕੇ ਆਏ ਸਾਂ ਜਦੋਂ ਆਖਰੀ ਵਕਤ ਮੇਰਾ ਆਵੇ ਜੰਗ ਵਿੱਚ ਜੂਝ ਕੇ ਮਰਾਂ ਜਦੋਂ ਆਖਰੀ ਵਕਤ ਮੇਰਾ ਆਵੇ ਮੈਂ ਜੰਗ ਵਿੱਚ ਜੂਝ ਕੇ ਮਰਾਂ ਆਖਰੀ ਵਕਤ ਮੇਰਾ ਆਖਿਆ ਮਹਾਰਾਜ ਇੱਕ ਸਮੇਂ ਅਮਰ ਸਿੱਖ ਕੌਣ ਸਮੇਂ ਤੁਸੀਂ ਬਦਲ
ਕੀਤਾ ਸੀ ਦਇਆ ਸਿੰਘ ਜੋ ਤੁਸੀਂ ਪੰਜੇ ਕਰਿਆ ਕਰੋਗੇ ਮੈਨੂੰ ਮਣੀ ਸਮਝੇ ਆਖਿਆ ਮਹਾਰਾਜ ਹੁਕਮ ਪੰਥ ਨੇ ਕਰਨਾ ਗੋਬਿੰਦ ਸਿੰਘ ਨੇ ਪੰਥ ਗੋਬਿੰਦ ਸਿੰਘ ਨੇ ਹੁਕਮ ਮੰਨਣਾ ਪੰਥ ਨੇ ਹੁਕਮ ਕਰਨਾ ਗੋਬਿੰਦ ਸਿੰਘ ਨੇ ਹੁਕਮ ਮੰਨਣਾ ਗੋਬਿੰਦ ਸਿੰਘ ਆਪਣੀ ਮਰਜ਼ੀ ਨਾਲ ਮੈਦਾਨੇ ਜੰਗ ਚ ਨਹੀਂ ਜਾ ਸਕਦਾ ਆਖਿਆ ਕਲਗੀ ਪਰ ਪਾਤਸ਼ਾਹ ਅੱਜ ਖਾਲਸਾ ਪੰਥ ਇਸ ਗੱਲ ਦੀ ਡਿਮਾਂਡ ਕਰਦਾ ਚਾਹੁੰਦਾ ਤਾਂ ਸ਼ਹੀਦੀ ਜਾਂ ਪ੍ਰਾਪਤ ਕਰਨਾ ਖਾਲਸਾ ਜੀ ਆਖਿਆ ਖਾਲਸਾ ਨੇ ਕਲਗੀ ਨੇ ਵਾਲਿਆ ਅੱਜ ਖਾਲਸਾ ਪੰਥ ਡਿਮਾਂਡ ਕਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਗੜੀ ਤੋਂ ਬਾਹਰ ਹੋ ਜਾਓ ਤੁਸੀਂ ਤਾਂ ਸਾਡੇ ਵਰਗੇ ਹਜ਼ਾਰਾਂ ਸਿੱਖ ਪੈਦਾ ਕਰ ਲੋਗੇ ਮਹਾਰਾਜ ਕਲਗੀ ਨੇ ਵਾਲੇ ਪਾਤਸ਼ਾਹ ਪੰਥ ਦੇ ਬੱਚੇ ਨੂੰ ਮੋੜ ਨਹੀਂ ਛੱਡ ਸਕਦੇ ਹਜ਼ੂਰ ਨੇ ਖਾਲਸੇ ਦਾ ਬਚਨ ਮੰਨਦੇ ਪੰਥ ਦਾ ਬਚਨ ਮੰਨਦੇ ਆਪਣੇ ਸ਼ਸਤਰ ਬਸਤਰ ਭਾਈ ਸੰਗਤ ਸਿੰਘ ਦੇ ਪਹਿਨਾਏ ਨੇ ਸੰਗਤ ਸਿੰਘ ਦਾ ਚਿਹਰਾ ਮੋਹਰਾ ਕਈ ਪਰ ਪਾਤਸ਼ਾਹ ਦੇ ਚਿਹਰੇ ਮੋਹਰੇ ਨਾਲ ਮਿਲਦਾ ਸੀ ਮਗਰ ਨਾ ਖਾਲਸਾ ਜੀ ਕਰਗੀ ਧਰ ਪਾਤਸ਼ਾਹ ਦੇ ਚਿਹਰੇ ਮੋਹਰੇ ਨਾਲ ਮਿਲਦਾ ਸੀ ਗੁਰੂ ਪਿਆਰਿਓ ਅੱਜ ਹਜ਼ੂਰ ਨੇ ਆਪਣੀ ਕਲਗੀ ਲਾ ਕੇ ਭਾਈ ਸੰਗਤ ਸਿੰਘ ਦੇ ਸਿਰ ਤੇ ਰੱਖ ਦਿੱਤੀ ਹੈ ਤੇ ਖਾਲਸਾ ਜੀ ਹਜ਼ੂਰ ਗੁਰੂ ਕਲਗੀ ਨੇ ਵਾਲੇ ਆਪਣੇ ਸ਼ਸਤਰ ਪਸਤਰ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੀ ਹੈ ਤਾਂ ਹਜ਼ੂਰ ਭਾਈ ਸੰਗਤ ਸਿੰਘ ਦੀ ਪਰਿਕਰਮਾ ਕਰੀ ਜਾਂਦੇ ਸਨ ਤੇ ਨਾਲੇ ਪੜ੍ਹੀ ਜਾਂਦੇ ਸਨ ਨਾਲੇ ਭਾਈ ਸੰਗਤ ਵੱਲ ਸਿੰਘ ਵੱਲ ਵੇਖ ਵੇਖ ਕੇ ਖੁਸ਼ ਹੋਈ ਜਾਂਦੇ ਸਨ ਨਾਲੇ ਪੜ੍ਹੀ ਜਾਂਦੇ ਸਨ ਚਾਰ ਪ੍ਰਕਰਮਾਂ ਕੀਤੀਆਂ ਨੇ ਭਾਈ ਸੰਗਤ ਸਿੰਘ ਦੀਆਂ ਗੁਰੂ ਸਾਹਿਬ ਨੇ ਭਾਈ ਦੇਵ ਸਿੰਘ ਲੱਗੇ ਕਹਿਣ ਮਹਾਰਾਜ ਬੜੇ ਖੁਸ਼ ਹੋ ਰਹੇ ਸੰਗਤ ਸਿੰਘ ਦਾ ਚਿਹਰਾ ਮੋਹਰਾ ਗੁਰੂ ਸਾਹਿਬ ਨੇ ਮਿਲਦਾ ਸੀ ਫਿਰ ਕਲਗੀ ਸਿਰ ਤੇ ਨਾ ਸੀ ਜਦ ਬਸਤ ਨੂੰ ਪਹਿਨਾ ਦਿੱਤੇ ਆਹ ਸੰਗਤ ਸਿੰਘ ਸੱਚਮੁੱਚ ਕਲਗੀ ਧਰ ਦਾ ਰੂਪ ਨਜ਼ਰ ਆ ਰਿਹਾ ਸਨ ਖਾਲਸਾ ਜੀ ਤੇ ਭਾਈ ਦੇਵ ਸਿੰਘ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਅੱਜ ਬੜੇ ਖੁਸ਼ ਹੋ ਕੀ ਪੜ੍ਹੀ ਜਾ ਰਹੇ ਤੇ ਗੁਰੂ ਜੀ ਪੜ੍ਹੀ ਜਾਂਦੇ ਸਨ ਦਇਆ ਸਿਆ ਸੰਗਤ ਸਿੰਘ ਵੱਲ ਵੇਖ ਕੇ ਪੜ੍ਹੀ ਜਾਂਦੇ ਸਨ ਮੇਰਾ ਜੀ ਖਾਲਸਾ ਮੇਰਾ ਜੀ ਰੂਪ ਹੋ ਗਿਆ ਮੇਰਾ ਜੀ ਖਾਲਸਾ ਮੇਰਾ ਜੀ ਰੂਪ ਹੋ ਗਿਆ ਮੇਰਾ ਜੀ ਖਾਲਸਾ ਮੇਰਾ ਜੀ ਰੂਪ ਹੋ ਗਿਆ ਮੇਰਾ ਜੀ ਖਾਲਸਾ ਆਈ ਕਾਲ ਕਾਲਾ ਤੇਰਾ ਹੀ ਰੂਪ ਹੋ ਗਿਆ